ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਂ ਨੂੰ ਇਤਿਹਾਸ ਦੀ ਵੱਡੀ ਘਟਨਾ ਦੱਸਿਆ ਤੇ ਕਿਹਾ ਕਿ ਇਹ ਮਤਦਾਨ ਦਾ ਸਿਰਫ ਅੰਕੜਾ ਹੈ, ਉਹ ਸਿਰਫ ਆਪਣੇ ਆਪ ਚ ਲੋਕਤਾਂਤਰਿਕ ਵਿਸ਼ਵ ਇਤਿਹਾਸ ਦੀ ਸਭ ਤੋਂ ਵੱਡੀ ਘਟਨਾ ਹੈ। ਇਹ ਜੋ ਮਤਦਾਨ ਕਾ ਸਿਰਫ ਅੰਕੜਾ ਹੈ, ਇਹ ਆਪਣੇ ਆਪ ਮੇ ਲੋਕਤਾਂਤਰਿਕ ਵਿਸ਼ਵ ਕੇ ਇਤਿਹਾਸ ਕੀ ਸਬਸੇ ਬੜੀ ਘਟਨਾ ਹੈ। ਪੂਰੇ ਵਿਸ਼ਵ ਕੀ ਸਬਸੇ ਬੜੀ ਘਟਨਾ ਹੈ। ਦੇਸ਼ ਆਜ਼ਾਦ ਹੁਆ, ਇਤਨੇ ਲੋਕ ਸਭਾ ਕੇ ਚੁਣਾਵ ਹੋਏ, ਲੇਕਿਨ ਆਜ਼ਾਦੀ ਕੇ ਬਾਅਦ ਇਤਨੇ ਚੁਣਾਵ ਹੋਣੇ ਕੇ ਬਾਅਦ ਸਭ ਤੋਂ। ਬਿਊਰੋ ਰਿਪੋਰਟ, ਪ੍ਰੈਸ ਪਬਲਿਕ ਨਿਊਜ਼।